ਤੇ ਇਸ ਵੀਡੀਓ ਚ ਆਪਾਂ ਕਰਨ ਜਾ ਰਹੇ ਹੈਗੇ ਆ ਉਹਦੀ ਅਨਬਾਕਸਿੰਗ ਤੇ ਡੈਫੀਨਿਟਲੀ ਮੈਂ ਵੀ ਜ਼ਰੂਰ ਦੱਸੂੰਗੀ ਕਿ ਉਹ ਕਿੱਥੋਂ ਮਿਲਿਆ ਕਿਵੇਂ ਮਿਲਿਆ ਰਾਈਟ ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਫਿਰ ਚੱਲੀਏ ਆਪਾਂ ਅਨਬਾਕਸਿੰਗ ਕਰਨ ਓਕੇ ਜਿਵੇਂ ਕਿ ਤੁਸੀਂ ਹੁਣ ਆ ਦੇਖ ਹੀ ਰਹੇ ਹੋ ਕਿ ਇਹ ਆਪਾਂ ਨੂੰ ਮਿਲਿਆ ਸ਼ੇਅਰ ਚੈਟ ਦੇ ਥਰੂ ਰਾਈਟ ਦ ਸ਼ੇਅਰ ਚੈਟ ਸਪੋਰਟ ਲਾਈਟ ਓ ਮਾਈ ਗੋਡ ਹੁਣ ਆਹ ਕੀ ਚੀਜ਼ ਆ ਸੋਚ ਰਹੇ ਹੋਗੇ ਹਨਾ ਕੋਈ ਗੱਲ ਨੀ ਪੂਰੀ ਵੀਡੀਓ ਦੇਖਦੇ ਰਹੋ ਆਪਾਂ ਇਹ ਵੀ ਡਿਸਕਸ ਕਰਾਂਗੇ ਕਿ ਸ਼ੇਅਰ ਚੈਟ ਸਪੋਰਟ ਲਾਈਟ ਕੀ ਚੀਜ਼ ਆ ਤਦ ਤੱਕ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਵਿੱਚ ਆਇਆ ਕੀ ਕੀ ਹੈ ਇਹਦੇ ਓਕੇ ਲੈਟ ਮੀ ਓਪਨ ਸਭ ਤੋਂ ਪਹਿਲਾਂ ਤਾਂ ਮਿਲ ਗਿਆ ਆਪਾਂ ਨੂੰ ਓਕੇ ਸਰਟੀਫਿਕੇਟ ਉਹ ਆਹ ਤਾਂ ਕਲੋਲ ਹੋ ਗਈ ਐਵੇਂ ਰੋਲ ਸੀਗਾ ਖਾਲੀ देन अपानो मिली है टीशर्ट चमचमंदी टीशर्ट शेयरचार्ट स्पॉटलाइट दी ही है <laughs> थोड़ी मस्ती टाइम फंक्शन टाइम मस्ती भी जरूरी है आफ्टर ऑल राइट ओके <laughs> okay, की क्या आया शेयरचार्ट स्पॉटलाइट द सर्टिफिकेट ओ माय गॉड टीशर्ट डिजिटेक माइक एंड रिंग लाइट एज़ वेल वेरी नाइस ओ माय गॉड पोस्ट करू पोस्ट करू ओके सुखमन कौर यू आर अटाराई गॉड थैंक यू सो मच आर टीम आई होप कि भी मेरी ये वीडियो देख रहे हो अगर देख रहे हो तो थैंक यू थैंक यू सो मच बहुत ही अच्छा लग गया थोड़ा रिवॉर्ड एंड सिर्फ रिवॉर्ड ही नहीं मैं शेषली कहना चाहूँगी कि जो थोड़ा प्रोग्राम है स्पोर्टलाइट प्रोग्राम आई लव्ड इट गाइस मैं थोनू भी सजेस्ट करना चाहूंगी कि तुसी भी शेयर चैट ਤੇ आओ और ਉਥੇ ਪ੍ਰੋਗਰਾਮ ਜੁਆਇਨ ਕਰੋ बिकॉज ਇਹਦੇ ਚ ਇਨਾ ਕੁ ਸਿੱਖਣ ਨੂੰ ਮਿਲਦਾ ਨਾ ਕਿ ਤੁਸੀਂ ਕਿਵੇਂ ਵੀਡੀਓ ਬਣਾ ਸਕਦੇ ਹੋ ਕਿ ਕਿਦਾਂ ਦੀ ਕ੍ਰੀਏਟੀਵਿਟੀ ਪਾ ਸਕਦੇ ਹੋ ਕਿਵੇਂ ਪਾ ਸਕਦੇ ਹੋ ਨਾ ਕਾਫੀ ਈਜ਼ ਕਰ ਦਿੰਦੇ ਨੇ ਆਦਰਵਾਇਸ ਬੰਦੇ ਨੂੰ ਐਂ ਲੱਗਦਾ ਕਿ ਕਿੰਨਾ ਔਖਾ ਯਾਰ ਪਹਿਲਾਂ ਵੀਡੀਓ ਬਣਾਓ ਫਿਰ ਐਡਿਟ ਕਰੋ ਪਰ ਇਸ ਕੋਰਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਔਖਾ ਲੱਗਣ ਵਾਲਾ ਕੁਝ ਵੀ ਸੋ ਤੁਹਾਨੂੰ ਜ਼ਰੂਰ ਜੁਆਇਨ ਕਰਨਾ ਚਾਹੀਦਾ ਹੈਗਾ ਤੇ ਇਹਦੇ ਬਾਰੇ ਜਿਹੜੀ ਮੈਂ ਡਿਟੇਲ ਦੇ ਵਿੱਚ ਆਪਾਂ ਗੱਲ ਆਪਾਂ ਡੈਫੀਨੇਟਲੀ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ ਮੈਂ ਅਗਲੀ ਵੀਡੀਓ ਸਿਰਫ ਔਰ ਸਿਰਫ ਸਪੋਟਲਾਈਟ ਪ੍ਰੋਗਰਾਮ ਦੇ ਬਾਰੇ ਹੀ ਗੱਲ ਕਰੂੰਗੀ ਜਿਹਦੇ ਵਿੱਚ ਮੈਂ ਡਿਟੇਲ ਦੱਸੂੰਗੀ ਕਿ ਤੁਸੀਂ ਕਿਵੇਂ ਜੁਆਇਨ ਕਰ ਸਕਦੇ ਹੋ ਤੇ ਕਿਵੇਂ ਵਿਨ ਕਰ ਸਕਦੇ ਹੋ ਉਹਦੇ ਵਿੱਚ ਕੀ ਕੀ ਕ੍ਰਾਈਟੇਰੀਆ ਹੁੰਦਾ ਰਾਈਟ ਐਂਡ ਮੇਨ ਗੱਲ ਗਾਇਜ਼ ਇਹ ਜਿਹੜਾ ਪ੍ਰੋਗਰਾਮ ਹੈਗਾ ਫ੍ਰੀ ਆਫ ਕਾਸਟ ਹੈ ਮਤਲਬ no profit no loss ਵਾਲੀ ਸਿਚੁਏਸ਼ਨ ਨਹੀਂ ਮੈਂ ਇਦਾਂ ਤਾਂ ਨਹੀਂ ਕਹੂੰਗੀ ਵੈਸੇ ਸਿਚੁਏਸ਼ਨ ਹੈਗੀ only profit no loss ਕਿਉਂਕਿ ਨੌਲੇਜ ਤੁਹਾਨੂੰ ਮਿਲ ਰਹੀ ਹੈ ਰਿਵਾਰਡਸ ਤੁਹਾਨੂੰ ਮਿਲ ਰਿਹਾ ਹੈ ਜਾਂ ਕੁਝ ਨਾ ਕੁਝ ਤੁਸੀਂ ਗੇਨ ਹੀ ਕਰ ਰਹੇ ਹੋ ਇਸਾਬ ਤੋਂ ਐਂਡ ਮੇਨ ਗੱਲ ਗਾਇਜ਼ ਜਲਦੀ ਇਹ ਮੋਨਟਾਈਜ਼ੇਸ਼ਨ ਵੀ ਇੱਥੇ ਤੇ ਆਉਣ ਵਾਲੀ ਹੈ ਯੂ نو ਉਹਦੀ ਚੈਕਿੰਗ ਤਾਂ ਸਟਾਰਟ ਹੋ ਗਈ ਹੈ ਲੈਟਸ ਸੀ ਬਹੁਤ ਹੀ ਜਲਦ ਮੋਨਟਾਈਜ਼ੇਸ਼ਨ ਵੀ ਆਉਣ ਵਾਲੀ ਹੈ ਸੋ ਅਗਰ ਤੁਸੀਂ ਹਾਲੇ ਤੱਕ ਜੁਆਇਨ ਨਹੀਂ ਕੀਤਾ ਜਲਦੀ ਜਲਦੀ ਜੁਆਇਨ ਕਰ ਲੋ ਗਾਇਜ਼ हां जी आय तो फेर मजा देख के मेन दा बहुत मजा आया आई होप तुसी भी ना uh, दे ही ज्यादा एंजॉय ਕੀਤਾ ਹੋਏਗਾ ਜਿਹਨਾਂ ਮੈਂ ਜਾਏ ਕਰ ਰਹੀ ਆ ਐਂਡ ਗਾਈਜ਼ ਅਗਰ ਤੁਸੀਂ ਸ਼ੇਅਰ ਚਟ ਆਪ ਹਜੇ ਤੱਕ ਨਹੀਂ ਡਾਊਨਲੋਡ ਕਰੀ ਤਾਂ ਪਲੀਜ਼ ਜਾ ਕੇ ਡਾਊਨਲੋਡ ਜ਼ਰੂਰ ਕਰੋ ਬਿਕੋਜ਼ ਕੰਟੈਂਟ ਇਥੇ ਬਹੁਤ ਅਮੇਜ਼ਿੰਗ ਹੁੰਦਾ ਔਰ ਤੁਸੀਂ ਇਹਨੂੰ ਆਪਣੀ ਲੈਂਗੁਏਜ ਦੇ ਵਿੱਚ ਦੇਖ ਸਕਦੇ ਹੋ ਬਹੁਤ ਇੰਟਰਸਟਿੰਗ ਬੈਨੀਫਿਟ ਇਹੀ ਆ ਕਿ ਤੁਸੀਂ ਆਪਣੀ ਲੋਕਲ ਲੈਂਗੁਏਜ ਦੇ ਵਿੱਚ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਲੈਂਗੁਏਜ ਇਥੇ ਅਵੇਲੇਬਲ ਹੈ ਇੰਡੀਅਨ ਲੈਂਗੁਏਜ ਐਂਡ ਗਾਈਜ਼ ਜੇ ਹਜੇ ਤੱਕ ਨਹੀਂ ਡਾਊਨਲੋਡ ਕਰੀ ਤਾਂ ਮੈਂ ਉਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਹੀਆਂ ਜਾ ਕੇ ਹੁਣੀ ਇਮੀਡੀਏਟਲੀ ਡਾਊਨਲੋਡ ਕਰੋ ਦੇਖਣ ਲਈ ਤਾਂ ਅਮੇਜ਼ਿੰਗ ਹੈਗੀ ਹੈ ਔਰ ਅਗਰ ਤੁਸੀਂ ਕੰਟੈਂਟ ਕ੍ਰੀਏਟ ਕਰਨਾ ਹੈਗਾ ਤਾਂ ਬਹੁਤ ਜ਼ਿਆਦਾ ਅਮੇਜ਼ਿੰਗ ਹੈ ਕ੍ਰੀਏਸ਼ਨ ਚ ਜ਼ਰੂਰੀ ਨਹੀਂ ਹੈ ਕਿ ਸਿਰਫ ਆਰਟੀ ਹੀ ਕਰਨੀ ਹੈ ਤੇ ਉਹਦੇ ਹੀ ਕੰਟੈਸਟ ਆਉਂਦੇ ਐ ਇਦਾਂ ਦਾ ਕੁਝ ਨਹੀਂ ਹੈਗਾ ਕਿਸੇ ਵੀ ਕੈਟਾਗਰੀ ਤੁਸੀਂ ਸਿਲੈਕਟ ਕਰੋ ਕੋਈ ਵੀ ਕੈਟਾਗਰੀ ਸਿਲੈਕਟ ਕਰੋ ਹਰ ਕੈਟਾਗਰੀ ਦੇ ਵਿੱਚ ਕੰਟੈਸਟ ਡਿਫਰੈਂਟ ਡਿਫਰੈਂਟ ਆਉਂਦੇ ਔਰ ਰਿਵਾਰਡਸ ਵੀ ਡਿਫਰੈਂਟ ਡਿਫਰੈਂਟ ਰਹਿੰਦੇ ਨੇ ਸੋ ਜਲਦੀ ਜਲਦੀ ਜਾਓ Thank you so much for watching this video till the end. Thank you.